ਮਾਂ ਜੀ ਮੇਰਾ ਗਲਾਸ ਫਟ ਜਾਂਦਾ ਹੈ ਬਣਦਾ ਜਦੋਂ ਪੁਰਾਣਾ ਜ਼ਮਾਨਾ ਸੀਗਾ ਉਦੋਂ ਲੋਕ ਗਾਰਾਂ 'ਚ ਹੀ ਰਹਿੰਦੇ ਸੀ। ਇਹ ਤੁਸੀਂ ਇੱਕ ਪਾਸੇ ਚੁੱਕ ਕੇ ਉਧਰ ਬਣਾ ਰਹੇ ਹੋ, ਓਏ ਇਹ ਕਿਹੜਾ ਕੰਮ ਸ਼ੁਰੂ ਕੀਤਾ? ਗੱਲ ਸੁਣੋ, ਗੱਲ ਸੁਣੋ ਬੇਟਾ, ਜੁੱਤੀ ਵੀ ਟੁੱਟੇਗੀ ਤੇ ਨਾਲੇ ਬਰਤਨਾਂ ਨੂੰ ਜੁੱਤੀ ਨਹੀਂ ਮਾਰੇਗੀ। ਤੇ ਪੁਰਾਣੇ ਜ਼ਮਾਨੇ 'ਚ ਨਾ ਲੋਕ ਗਾਰਾਂ 'ਚ ਰਹਿੰਦੇ ਸੀ, ਪਹਾੜਾਂ ਦੇ ਅੰਦਰ ਨਾ ਕੁਦਰਤੀ ਜਿਹੜੇ ਬਣੇ ਹੁੰਦੇ ਆ ਗੈਪ, ਹਾਂ ਜੰਗਲਾਂ 'ਚ ਰਹਿੰਦੇ ਸੀ। ਸਭ ਤੋਂ ਪਹਿਲੇ ਜੰਗਲਾਂ 'ਚ ਰਹਿੰਦੇ ਸੀ, ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦਾ ਬ੍ਰੇਨ ਜਿਹੜਾ ਡਿਵੈਲਪ ਹੋਇਆ ਤੇ ਉਹਨਾਂ ਨੇ ਸੋਚਿਆ ਕਿ ਸਾਨੂੰ ਉੱਤੋਂ ਕਵਰ ਹੋਣਾ ਚਾਹੀਦਾ, ਸਾਨੂੰ ਸਾਈਡਾਂ ਤੋਂ ਕਵਰ ਹੋਣਾ ਚਾਹੀਦਾ, ਬਾਰਿਸ਼ ਮੀਂਹ ਹਨੇਰੀ ਤੂਫਾਨ ਦਰਖਤਾਂ ਦੇ ਵਿੱਚ ਨਹੀਂ ਰਿਹਾ ਜਾਂਦਾ। ਉਹਨਾਂ ਨੇ ਗਾਰਾਂ 'ਚ ਵੜਨਾ ਸ਼ੁਰੂ ਕਰਤਾ। ਫਿਰ ਉਹਨਾਂ ਨੇ ਇਸ ਤਰ੍ਹਾਂ ਕਿ ਇੱਕ ਨੇ ਕਿਤੇ ਇੱਕ ਨੂੰ ਦਿਸਿਆ ਹੋਏਗਾ ਬਾਰਿਸ਼ ਤੂਫਾਨ ਦੇ ਵਿੱਚ ਬਰਫ਼ਬਾਰੀ 'ਚ ਗਾਰ, ਉਹ ਗਾਰ ਦੇ ਵਿੱਚ ਚਲਾ ਗਿਆ। ਹੁਣ ਸਕੂਨ ਮਹਿਸੂਸ ਹੋਇਆ, ਉਹਨੇ ਦੂਸਰਿਆਂ ਨੂੰ ਵੀ ਦੱਸਿਆ, ਫਿਰ ਸਾਰੇ ਹੌਲੀ ਹੌਲੀ ਰਹਿਣ ਲੱਗ ਪਏ, ਠੀਕ ਹੈ ਨਾ। ਉਹ ਸ਼ਿਕਾਰ ਕਰਦੇ ਸੀ ਤੇ ਉਹਨੂੰ ਆ ਕੇ ਖਾਂਦੇ ਸੀ ਉਹਦੇ ਵਿੱਚ, ਬਾਅਦ ਦੇ ਵਿੱਚ ਉਹਨਾਂ ਨੇ ਅੱਗ ਜਲਾਉਣੇ ਦਾ ਤਰੀਕਾ ਸਿੱਖ ਲਿਆ। ਉਹ ਵੀ ਉਹਨਾਂ ਨੇ ਪੱਥਰ ਨੂੰ ਪੱਥਰ 'ਚ ਮਾਰਿਆ ਜਾਂ ਕਿਤੇ ਇਤਫਾਕਨ ਪੱਥਰ ਪੱਥਰ 'ਚ ਵੱਜਿਆ। ਉਹਨਾਂ ਨੇ ਦੇਖਿਆ ਬਿਲਕੁਲ ਇਸ ਤਰ੍ਹਾਂ ਹੀ ਹੋਇਆ। ਖਾਧਾ ਮਜ਼ੇਦਾਰ ਗਲਿਆ, ਜਲਦੀ ਗਲਿਆ ਹੋਇਆ, ਜਲਦੀ ਚਬਾ ਹੋ ਗਿਆ ਨਾ। ਯੈਸ, ਉਦੋਂ ਕੋਈ ਮੁਲਕ ਨਹੀਂ ਸੀ ਹੁੰਦਾ ਇਹ। ਤੇ ਫਿਰ ਜਦੋਂ ਗਾਰਾਂ 'ਚ ਲੋਕ ਨਿਕਲੇ, ਗਾਰਾਂ ਤੋਂ ਵੀ ਅੱਗੇ ਉਹਨਾਂ ਨੇ ਸੋਚਿਆ ਕਿ ਹੁਣ ਅਸੀਂ ਜ਼ਿਆਦਾ ਮਹਿਫੂਜ਼ ਤਰੀਕੇ ਨਾਲ ਰਹੀਏ। ਇਸ ਤੋਂ ਵੀ ਉਹਨਾਂ ਨੇ ਪੱਥਰਾਂ ਦੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ, ਛੱਤ ਬਣਾਉਣੀ ਸ਼ੁਰੂ ਕਰਤੀ ਲੱਕੜੀਆਂ ਪਾ ਕੇ, ਠੀਕ ਹੈ। ਇਸ ਤਰ੍ਹਾਂ ਉਹ ਮਕਾਨ ਆਸਤਾ ਆਸਤਾ ਬਿਹਤਰ ਹੁੰਦੇ ਗਏ। ਦੁਨੀਆਂ 'ਚ ਜਿਹੜੀਆਂ ਵੀ ਚੀਜ਼ਾਂ ਸਾਨੂੰ ਹੁਣ ਬਹੁਤ ਬਿਹਤਰ ਹਾਲਤ 'ਚ ਨਜ਼ਰ ਆਉਂਦੀਆਂ, ਉਹ ਯਕਦਮ ਬਿਹਤਰ ਨਹੀਂ ਹੋਈਆਂ। ਆਹਸਤਾ ਆਹਸਤਾ ਇਨਸਾਨ ਸਿੱਖਦਾ ਰਿਹਾ, ਉਸ ਤੋਂ ਬਾਅਦ ਉਹਦੇ ਬੱਚੇ ਸਿੱਖਦੇ ਰਹੇ, ਫਿਰ ਉਹਨਾਂ ਦੇ ਬੱਚੇ ਸਿੱਖਦੇ ਰਹੇ, ਉਹ ਚੀਜ਼ਾਂ ਨੂੰ ਬਿਹਤਰ ਤੋਂ ਬਿਹਤਰ ਤੋਂ ਬਿਹਤਰ ਕਰਦੇ ਰਹੇ। ਇਸ ਤਰ੍ਹਾਂ ਹੁਣ ਇਨਸਾਨ ਇੱਥੇ ਤੱਕ ਪਹੁੰਚਿਆ ਕਿ ਉਹ ਆਪਣੇ ਲਈ ਬੜੇ ਹੀ ਆਲੀਸ਼ਾਨ ਮਕਾਨ ਬਣਾ ਲੈਂਦਾ। ਬਾਬਾ ਆਲੀਸ਼ਾਨ ਮਕਾਨ ਕਿਉਂ ਬਣਾਣੇ, ਤੇਰ ਬੰਦਾ ਇੱਕ ਛੱਤ ਹੀ ਕਰਨੀ ਆ, ਇੰਨੀ ਮਿਹਨਤ ਕਿਉਂ ਕਰੇ ਬੰਦਾ ਉੱਤੇ ਪੈਸੇ ਲਾਏ। ਕੋਸ਼ਿਸ਼ ਤੇ ਇਹੀ ਕਰਨੀ ਚਾਹੀਦੀ ਹੈ ਕਿ ਸਾਦਾ ਤੋਂ ਸਾਦਾ ਮਕਾਨ ਹੋਵੇ, ਸਾਦਾ ਤੋਂ ਸਾਦਾ ਜ਼ਿੰਦਗੀ ਗੁਜ਼ਾਰੇ ਇਨਸਾਨ, ਉਹਦੇ ਨਾਲ ਹੀ ਫਾਇਦਾ, ਉਹਦੇ ਨਾਲ ਖੁਸ਼ੀ ਮਿਲਦੀ ਹੈ। ਐਵੇਂ ਨੇ ਪੈਸੇ ਜ਼ੂਰ ਖਰਚੀ ਵੀ ਕਰਨੀ ਤੇ ਬਾਅਦ ਚੋਂ ਰਹਿਣਾ ਤੇ ਉਹੀ ਹੈ, ਸੋਣਾ ਤੇ ਉੱਥੇ ਹੀ ਹੈ, ਤੇ ਇੰਨੇ ਜ਼ਿਆਦਾ ਨਹੀਂ ਅੱਛਾ ਹੁੰਦਾ ਫਜ਼ੂਲ ਖਰਚੀ ਕਰਨਾ। ਜ਼ੋਂਗ ਜ਼ੋਂਗ ਤੇ 30 ਰੁਪਏ ਖਰਚ ਕਰਾ ਤੇ ਆਵੇ 30 ਰੁਪਏ, ਵਾਹ ਵਾਹ 30 ਰੁਪਏ, 100 ਰੁਪਏ ਖਰਚ ਕਰਾ ਤੇ ਇੱਕ ਕਾਲੀ ਸ਼ਾਨ ਮਿਲ ਜਾਊਗਾ ਤੁਹਾਨੂੰ। ਅੱਛਾ ਆਵੇ ਲੱਗ ਗਿਆ ਉਹ ਅਸਲ ਦੇ ਵਿੱਚ ਨਾ ਇਸ ਵਾਸਤੇ ਇਹ ਕੰਮ ਕਰਦੇ ਆ ਕਿ ਬਹੁਤ ਸਾਰੇ ਲੋਕ 100 ਰੁਪਇਆ ਲੋਕ ਬਹੁਤ ਸਾਰੇ ਯੂਜ਼ ਕਰਨਗੇ, ਉਹਨਾਂ ਨੂੰ ਬਹੁਤ ਸਾਰੇ ਪੈਸੇ ਮਿਲਣਗੇ, ਉਹਨਾਂ ਦੇ ਵਿੱਚੋਂ ਇੱਕ ਨੂੰ ਉਹਨਾਂ ਨੇ ਵਿੱਚੋਂ। ਬਾਬਾ ਨਹੀਂ, ਉਹ ਕਹਿੰਦੇ ਸਾਰਿਆਂ ਨੂੰ ਮਿਲੂਗਾ ਜਿਹੜਾ ਜਿਹੜਾ ਇਸਤੇਮਾਲ। ਨਹੀਂ ਬੇਟਾ, ਸਾਰਿਆਂ ਨੂੰ ਨਹੀਂ ਮਿਲੂਗਾ। ਉਹ ਕਹਿੰਦੇ ਆ, ਉਹ ਖੁੱਲ ਕੇ ਗੱਲ ਹੀ ਨਾ ਦੱਸਦੇ, ਗੱਲ ਨੂੰ ਉਹਲੇ 'ਚ ਰੱਖਦੇ ਆ। ਤੁਸੀਂ ਇਹ ਖੁਦ ਸੋਚੋ ਕਿ ਉਹ 100 ਰੁਪਇਆ ਤੇ ਲੋਕ ਇਸਤੇਮਾਲ ਕਰਨ ਉਹਨਾਂ ਦਾ, ਮੈਂ ਨਿਆਬ ਮੇਰਾ 100 ਰੁਪਇਆ ਨਿਆਬ ਜਿਹੜਾ ਮੈਨੂੰ ਦੇ ਦੇ, ਯਾਨੀ ਮੇਰੇ ਉੱਤੇ ਖਰਚ ਕਰਦਾ, ਤੇ ਮੈਂ ਇਹ ਮੈਨੂੰ ਆਲੀਸ਼ਾਨ ਘਰ ਦੇ ਦਿਆ, ਇਹਦਾ ਫਾਇਦਾ ਹੋਇਆ ਜਾਂ ਨੁਕਸਾਨ? ਤੇ ਫਿਰ ਨੁਕਸਾਨ ਦਾ ਏਡਾ ਸੌਦਾ ਤਾਂ ਕੋਈ ਨਹੀਂ ਕਰਦਾ ਨਾ ਕਿ ਉਹ ਲੱਖਾਂ ਰੁਪਏ ਦਾ ਘਰ ਦੇ ਦੇਣ ਤੇ ਸਿਰਫ 100 ਰੁਪਇਆ ਉਹਨਾਂ ਨੂੰ ਮਿਲੇ। ਉਹਦੇ 'ਚੋਂ ਕੁਰਾਂ ਦਾ ਅੱਜ ਮੈਨੂੰ ਮੈਸੇਜ ਆਇਆ ਸੀ ਕਿ ਤੁਹਾਨੂੰ ਇੱਕ ਬੜਾ ਅੱਛਾ ਫੋਨ
ਜਿੱਤਣ ਲਈ ਵਾਸਤੇ ਤੁਸੀਂ ਸਿਲੈਕਟ ਹੋ ਗਏ ਤੇ ਤੁਸੀਂ ਇਸ ਮਹੀਨੇ ਦੇ ਆਖਰ ਤੱਕ 850 ਰੁਪਏ ਦਾ ਬੈਲੈਂਸ ਇਸਤੇਮਾਲ ਕਰੋ। ਅੱਛਾ ਅੱਗੇ ਸੁਣੋ, 850 ਦਾ ਬੈਲੈਂਸ ਇਸਤੇਮਾਲ ਕਰੋ ਤੇ ਤੁਸੀਂ ਉਹਦੇ 'ਚ ਜਿਹੜੇ ਲੋਕਾਂ ਨੇ ਜਿੱਤਣਾ ਹੈ ਉਹਦੇ 'ਚ ਤੁਸੀਂ ਸ਼ਾਮਿਲ ਹੋ ਜਾਓਗੇ। ਸ਼ਾਮਿਲ ਹੋਣ ਦਾ ਮਤਲਬ ਇਹ ਹੈ ਕਿ ਸ਼ਾਮਿਲ ਹੋਣਾ, ਫਿਰ ਉਹਨਾਂ ਤੋਂ ਉਹਨਾਂ ਨੇ ਉਹਦੇ ਵਿੱਚੋਂ ਇੱਕ ਬੰਦਾ ਚੁਣਨਾ, ਕੁਰਾਨ ਦਾਦੀ ਜਿਹਨੂੰ ਕਹਿੰਦੇ। ਬਾਬਾ ਇੱਕ ਬੰਦਾ ਕਿੱਦਾਂ ਚੁਣਨਾ? ਪਰਚੀਆਂ ਪਾਣਗੇ ਸਾਰਿਆਂ ਦੀਆਂ ਨਾ ਕੰਪਿਊਟਰ ਤੇ, ਯਾਨੀ ਕੰਪਿਊਟਰ ਤੇ ਸਾਰਿਆਂ ਦੇ ਨਾਮ ਲਿਖਣਗੇ, ਇੱਕ ਦਾ ਨਾਮ ਕੱਢ ਦੇਣਗੇ ਤੇ ਬੇਸ਼ੁਮਾਰ ਹਰ ਬੰਦੇ ਦੇ 850-800 ਰੁਪਏ ਮਿਲ ਕੇ ਉਹਨਾਂ ਨੂੰ ਕਰੋੜਾਂ ਰੁਪਏ ਮਿਲ ਜਾਣੇ। ਉਹਨਾਂ ਦੇ ਵਿੱਚੋਂ ਇੱਕ ਉਹਨਾਂ ਨੇ 20-25,000 ਰੁਪਏ ਦਾ ਫੋਨ ਦੇ ਦੇਣਾ ਕਿਸੇ ਨੂੰ, ਠੀਕ ਹੈ ਨਾ। ਜਾਂ ਮੋਬਾਈਲ ਫੋਨ ਥੋੜ੍ਹੇ, ਚਲੋ ਜ਼ਿਆਦਾ ਕੀਮਤ ਦਾ ਨਹੀਂ ਹੈ, ਉਹ ਬੜੀਆ ਦੇ ਕਰ ਦੇਣਗੇ ਕਿ 10 ਮੋਬਾਈਲ 10 ਲੋਕਾਂ ਨੂੰ ਦੇ ਦਾਂਗੇ। 10 ਲੋਕਾਂ ਦੇ ਮੋਬਾਈਲ ਵੀ ਮਿਲ ਕੇ 2.5 ਲੱਖ ਰੁਪਈਆ ਬਣਨਾ ਤਾਂ ਆ ਜਾਣਾ ਉਹਨਾਂ ਕੋਲ ਕਰੋੜਾਂ ਰੁਪਈਆ। ਇਹ ਚਲਾਕੀਆਂ ਹੁੰਦੀਆਂ। ਅਵਾ ਨਹੀਂ, ਉਹਨਾਂ ਨੇ ਕੁਛ ਵੀ ਨਹੀਂ ਦੇਣਾ ਹੁੰਦਾ, ਪਤਾ ਕੀ ਕਰਦੇ ਪੈਸੇ ਕਾਸੇ। ਇਹ ਤੁਸੀਂ ਮੋਬਾਈਲ ਕਿੱਥੋਂ ਲਿਆ? ਇਹ ਮੈਂ ਦੁਕਾਨ ਤੋਂ ਲਿਆ। ਅੱਛਾ ਨਹੀਂ, ਕਿੰਨੇ ਪੈ ਰਾ? ਇਹ 16,900 ਰੁਪਏ। ਉਹ ਕਹਿੰਦਾ ਸੀ 15,900 ਰੁਪਏ ਦਾ ਵੀ ਇੱਕ ਮਿਲਦਾ। ਉਹ ਵੀ ਹੈ ਬਾਜੀ, ਤੂੰ ਨਹੀਂ ਮੇਰੀ ਇੱਕ ਬੇਇੱਜ਼ਤੀ ਨਹੀਂ ਬਣਨ ਦਈ। ਲੈ ਆ ਬਣਾ, ਤੂੰ ਵਿੱਚ ਦੱਬੀਆਂ। ਓਏ ਮੇਰੇ ਪੈਰ ਦੇ ਉੱਤੇ ਭਾਈ, ਮੇਰਾ ਪੈਰ ਘਰ ਤੋਂ ਲੱਗ ਪਿਆ ਰੇ ਬਾਬਾ। ਇਹਦੇ ਨਾਲ ਬੜੀ ਮਿੱਠੀ ਇਕੱਠੀ ਹੁੰਦੀ ਹੈ ਗਲਾਸ ਨਾਲ। ਗਲਾਸ ਵਿੱਚ ਕਿਸੇ ਨੂੰ ਵੀ ਦੇ। ਇਹ ਤਾਂ ਪਹਾੜ ਚ ਘਰ ਬਣਾ ਲਿਆ। ਹੈ ਪਹਾੜੀ